ਸਤਿ ਸ਼੍ਰੀ ਅਕਾਲ ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਵਹੀਕਲ ਦੇ ਕੇ ਬਾਹਰ ਭੇਜ ਦਿੰਦੇ ਹੋ ਕਿਸੇ ਕੰਮ ਵਾਸਤੇ ਜਾਂ ਕੋਈ ਚੀਜ਼ ਮੰਗਵਾਉਣ ਵਾਸਤੇ, ਤੇ ਜੇਕਰ ਤੁਹਾਡਾ ਬੱਚਾ ਹੁਣ ਫੜਿਆ ਜਾਂਦਾ, ਟ੍ਰੈਫਿਕ ਪੁਲਿਸ ਉਹਨੂੰ ਰੋਕ ਲੈਂਦੀ ਆ, ਤਾਂ ਤੁਹਾਡੇ 'ਤੇ ਕਾਰਵਾਈ ਹੋਵੇਗੀ। ਯਾਨੀ ਕਿ ਗਲਤੀ ਬੱਚੇ ਦੀ, ਉਹ ਲੈ ਕੇ ਗਿਆ ਵਹੀਕਲ, ਤੁਸੀਂ ਭੇਜਿਆ, ਤੁਸੀਂ ਉਦੋਂ ਵੀ ਵੱਡੇ ਗੁਨਾਹਗਾਰ ਹੋ ਗਏ, ਤਾਂ ਤੁਹਾਡੇ 'ਤੇ ਕਾਰਵਾਈ ਹੋਵੇਗੀ। ਇਸ ਮਾਮਲੇ ਦੇ ਵਿੱਚ 3 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ₹25,000 ਜੁਰਮਾਨਾ ਵੀ ਤੁਹਾਨੂੰ ਭਰਨਾ ਪੈ ਸਕਦਾ। ਅਤੇ ਇਹਦੇ ਨਾਲ ਹੀ ਜੇਕਰ ਨਾਬਾਲਗ ਕਿਸੇ ਹੋਰ ਦਾ ਵਹੀਕਲ ਲੈ ਕੇ ਜਾਂਦਾ ਹੈ, ਚਾਹੇ ਉਹ 2 ਪਹੀਆ ਚਾਹੇ ਉਹ 4 ਪਹੀਆ, ਤਾਂ ਵੀ ਕਾਰਵਾਈ ਹੋਵੇਗੀ ਉਸ ਨਾਬਾਲਗ 'ਤੇ ਨਹੀਂ, ਬਲਕਿ ਜਿਹੜਾ ਮਾਲਕ ਆ ਉਸ ਵਹੀਕਲ ਦਾ। ਇਹ ਫੈਸਲਾ ਲਿਆ ਗਿਆ ਪੰਜਾਬ ਪੁਲਿਸ ਵੱਲੋਂ, ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਅਤੇ ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਨੂੰ, ਟ੍ਰੈਫਿਕ ਪੁਲਿਸ ਨੂੰ ਇਹ ਆਦੇਸ਼ ਹੋਏ ਨੇ ਕਿ ਤੁਸੀਂ ਆਪਣੇ ਆਪਣੇ ਇਲਾਕੇ ਦੇ ਵਿੱਚ ਇਸ ਦੇ ਲਈ ਇੱਕ ਮੁਹਿੰਮ ਚਲਾਓ, ਜਾਗਰੂਕਤਾ ਕੈਂਪ ਲਗਾਏ ਜਾਣ, ਬੱਚਿਆਂ ਨੂੰ ਨਾ ਸਹੀ ਘੱਟੋ ਘੱਟ ਉਹਨਾਂ ਦੇ ਮਾਤਾ ਪਿਤਾ ਨੂੰ ਰੋਕ ਕੇ ਜਾਗਰੂਕ ਕੀਤਾ ਜਾਵੇ ਕਿ ਆਪਣੇ ਬੱਚੇ ਨੂੰ ਵਹੀਕਲ ਨਾ ਦਿਓ ਜਿਹੜਾ 18 ਸਾਲ ਤੋਂ ਘੱਟ ਉਮਰ ਦਾ ਹੈ। ਨਹੀਂ ਤਾਂ ਫਿਰ ਅਗਸਤ ਚੜ੍ਹਦੇ ਸਾਰ ਹੀ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ। ਇਹ ਜਿਹੜੀ ਹੁਣ ਜੁਲਾਈ ਮਹੀਨੇ ਦੀ ਗੱਲ ਕਰੀਏ, ਤਾਂ ਇਸ ਦੌਰਾਨ ਮਹੀਨੇ ਦੇ ਅੰਤ ਤੱਕ, ਯਾਨੀ ਕਿ ਜਦੋਂ ਵੀ ਮਹੀਨਾ ਖਤਮ ਹੁੰਦਾ ਹੈ, ਤਾਂ ਉਸ ਵੇਲੇ ਤੱਕ ਰਿਪੋਰਟ ਭੇਜਣੀ ਪਵੇਗੀ ਪੁਲਿਸ ਵਿਭਾਗ ਨੂੰ ਕਿ ਕਿੱਥੇ ਕਿੱਥੇ ਕਿਹੜਾ ਕੈਂਪ ਲੱਗਿਆ, ਉਹਦੀ ਰਿਪੋਰਟਿੰਗ, ਉਹਦੀਆਂ ਅਖਬਾਰਾਂ ਦੀਆਂ ਕਟਿੰਗਸ ਅਤੇ ਉਹਦੀਆਂ ਤਸਵੀਰਾਂ ਅਤੇ ਲੋਕੇਸ਼ਨ ਵੀ ਸੈਂਡ ਕਰਨੀ ਪਵੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿੰਨੀ ਕੁ ਪੁਲਿਸ ਐਕਟਿਵ ਹੋਈ ਹੈ, ਕਿੰਨੇ ਕੁ ਟ੍ਰੈਫਿਕ ਮੁਲਾਜ਼ਮਾਂ ਨੇ ਲੋਕਾਂ ਨੂੰ ਇਸ ਲਈ ਜਾਗਰੂਕ ਕੀਤਾ ਹੈ। ਅਤੇ ਜੇਕਰ ਲੋਕ ਜਾਗਰੂਕ ਨਹੀਂ ਹੁੰਦੇ, ਉਹਦੇ ਬਾਵਜੂਦ ਵੀ ਅਣਗਹਿਲੀਆਂ ਕਰਦੇ ਨੇ, ਆਪਣੇ ਬੱਚਿਆਂ ਨੂੰ, ਨਾਬਾਲਗ ਬੱਚਿਆਂ ਨੂੰ ਵਹੀਕਲ ਦੇ ਕੇ ਤੋੜ ਦਿੰਦੇ ਨੇ, ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ। ਵੱਡੀ ਅਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਅਗਸਤ ਮਹੀਨਾ ਚੜ੍ਹਦੇ ਸਾਰ ਹੀ ਨਵਾਂ ਰੂਲ ਲਾਗੂ ਹੋ ਜਾਏਗਾ। ਜੇਕਰ ਤੁਸੀਂ ਆਪਣੇ ਨਾਬਾਲਗ ਬੱਚੇ ਨੂੰ ਘਰੋਂ ਕੋਈ ਸਮਾਨ ਲੈਣ ਵਾਸਤੇ ਵਹੀਕਲ ਦੇ ਕੇ ਤੋੜ ਦਿੰਦੇ ਹੋ, ਚਾਹੇ ਉਹ ਸਕੂਟੀ ਹੈ, ਚਾਹੇ ਮੋਟਰਸਾਈਕਲ ਹੈ, ਚਾਹੇ ਕਾਰ ਆ, ਤਾਂ ਜੇਕਰ ਉਹ ਟ੍ਰੈਫਿਕ ਪੁਲਿਸ ਦੇ ਅੜਿੱਕੇ ਆ ਜਾਂਦਾ, ਤਾਂ ਟ੍ਰੈਫਿਕ ਪੁਲਿਸ ਉਹਦੇ ਉੱਤੇ ਕਾਰਵਾਈ ਕਰੇਗੀ, ਨਾਲ ਹੀ ਤੁਹਾਡੇ ਉੱਤੇ ਵੀ ਕਾਰਵਾਈ ਹੋਵੇਗੀ, 3 ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਨਾਲ ਹੀ ਤੁਹਾਨੂੰ ₹25,000 ਜੁਰਮਾਨਾ ਵੀ ਭਰਨਾ ਪੈ ਸਕਦਾ। ਅਤੇ ਉਹ ਲੋਕ ਵੀ ਥੋੜ੍ਹੇ ਜਿਹੇ ਸੁਚੇਤ ਹੋ ਜਾਣ ਜਿਹੜੇ ਨਾਬਾਲਗਾਂ ਨੂੰ ਆਪਣਾ ਵਹੀਕਲ ਉਧਾਰਾ ਦੇ ਦਿੰਦੇ ਨੇ, ਉਸ ਨਾਬਾਲਗ 'ਤੇ ਘੱਟ ਕਾਰਵਾਈ ਹੋਵੇਗੀ, ਮਾਲਕ ਦੇ ਉੱਤੇ ਜ਼ਿਆਦਾ ਹੋਵੇਗੀ, ਚਾਹੇ ਕਿਸੇ ਦੇ ਵੀ ਨਾਮ ਦੇ ਉੱਤੇ ਉਹ ਕਿਉਂ ਨਾ ਹੋਵੇ, ਜਿਹਦੇ ਨਾਮ ਦੇ ਉੱਤੇ ਉਹ ਕਾਪੀ ਹੈ ਉਸ ਮੋਟਰਸਾਈਕਲ ਦੀ, ਵਹੀਕਲ ਦੀ ਰਜਿਸਟ੍ਰੇਸ਼ਨ ਆ, ਤਾਂ ਉਹਦੇ ਉੱਤੇ ਵੀ ਕਾਰਵਾਈ ਹੋਵੇਗੀ। ਅਤੇ ਹੁਣ ਜਦੋਂ ਵੀ ਤੁਸੀਂ ਬਾਹਰ ਨਿਕਲੋ, ਆਪਣੇ ਬੱਚੇ ਨੂੰ ਇਸ ਤਰ੍ਹਾਂ ਦਾ ਵਹੀਕਲ ਦਿਓ, ਤਾਂ ਥੋੜ੍ਹੇ ਜਿਹੇ ਸੁਚੇਤ ਜ਼ਰੂਰ ਹੋ ਜਾਇਓ। ਪਿੱਛੇ ਜੇ ਵੀ ਇੱਕ ਨਵਾਂ ਰੂਲ ਲਿਆਂਦਾ ਗਿਆ ਸੀਗਾ, ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਵੱਡੀਆਂ ਲਗਜ਼ਰੀ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਨਰੂਫ ਹੁੰਦੀ ਹੈ, ਅਤੇ ਜੇਕਰ ਸਨਰੂਫ ਤੋਂ ਵੀ ਕੋਈ ਬਾਹਰ ਧੌਣ ਕੱਢ ਕੇ ਦੇਖਦਾ ਸੀਗਾ ਜਾਂ ਫਿਰ ਗੱਡੀ ਤੇਜ਼ ਰਫ਼ਤਾਰ 'ਤੇ ਜਾ ਰਹੀ ਹੈ ਤਾਂ ਬਾਹਰਲੇ ਪਾਸੇ ਨਿਕਲ ਕੇ ਇੱਧਰ ਉੱਧਰ ਦੇਖਦਾ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਇੰਜੋਏ ਕਰਦਾ, ਪਾਰਟੀ ਕਰਦਾ, ਤਾਂ ਉਹਦੇ ਵਾਸਤੇ ਵੀ ਚਲਾਨ ਦਾ ਪ੍ਰਾਵਧਾਨ ਕਰ ਦਿੱਤਾ ਗਿਆ ਸੀਗਾ, ਤਾਂ ਉਹ ਵੀ ਰੂਲ ਹੁਣ ਲਾਗੂ ਹੋ ਚੁੱਕਿਆ। ਇਸ ਕਰਕੇ ਜਦੋਂ ਵੀ ਟ੍ਰੈਫਿਕ ਦੇ ਲਈ ਜਾਂ ਆਉਣ ਜਾਣ ਦੇ ਲਈ ਬਾਹਰ ਨਿਕਲੋ, ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਿਆ ਕਰੋ, ਤਾਂ ਜੋ ਦੂਜਿਆਂ ਦਾ ਬਚਾਅ ਕੀਤਾ ਜਾ ਸਕੇ ਅਤੇ ਆਪਣਾ ਵੀ ਤੁਸੀਂ ਬਚਾਅ ਕਰ ਸਕੋ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਧਰਮ,
धरोहर संस्कृति और सेहत की होगी बात। अब D5 चैनल हिंदी भी होगा साथ। की ने साडे कानून फर्ज ते अधिकार, की कर दी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल।